ਹਾਂਜੀ, ਜਿਵੇਂ ਮੇਰੇ ਇੱਕ ਵੀਡੀਓ ਪਈ ਸੀ ਜਦੋਂ ਮੇਰੀ ਮੀਟ ਬਣਾਉਂਦੇ ਸੀ ਅਸੀਂ, ਅਤੇ ਵੀਡੀਓ ਪੈ ਗਈ ਉੱਦਣ, ਹੈ ਨਾ, ਅਤੇ ਉਦੋਂ ਬੜਾ ਪੱਗਾ ਪਿਆ ਵੀਡੀਓ ਦਾ, ਕਾਫੀ ਸਾਲ ਕੁ ਪੁਰਾਣੀ ਹੈ, ਪਰ ਮਤਲਬ ਚਲੋ ਦੇਣ ਮਤਲਬ ਲੱਗ, ਮੈਂ ਹੁਣ ਦੁਬਾਰਾ ਉਹ ਸਾਰਾ ਕੁਝ ਨਹੀਂ ਕਰਨਾ ਚਾਹੁੰਦਾ। ਫਿਰ ਮੀਟ ਮੈਂ ਦਾਰੂ ਪੀਤੀ ਹੋਈ ਆ, ਦੋ ਪੈਗਲ ਮੈਂ ਹਮੇਸ਼ਾ ਲਾਉਂਦਾ, ਉਹਦੇ ਦਾਰੂ ਪੀ ਕੇ ਵੀਡੀਓ ਨਹੀਂ ਬਣਾਈ ਦੀ। ਉਹ ਯਾਰ ਕਿਉਂ ਨਹੀਂ ਬਣਾਈ ਦੀ? ਇਹ ਸੋਸ਼ਲ ਨਾ ਹੋਣਾ, ਤੁਸੀਂ ਇਹਦੇ ਨਾਲ ਮਤਲਬ ਨਾ ਰੱਖੋ ਇਹਨਾਂ ਗੱਲਾਂ ਨਾਲ, ਠੀਕ ਹੈ ਨਾ। ਆਪਾਂ ਜਿਵੇਂ ਰਿਸ਼ਤੇਦਾਰੀ ਕਰਨੀ ਆ ਕਿਸੇ ਦੇ ਨਾਲ ਕੁਝ ਨਾ ਕੁਝ, ਫਿਰ ਠੀਕ ਹੈ, ਤੁਸੀਂ ਦੇਖ ਲਓ ਵੀ ਸਾਡੀ ਫੈਮਿਲੀ ਐਵੇਂ ਦੀ ਆ, ਆਹ ਫੈਮਿਲੀ ਡਿਫਰੈਂਟ ਵਾ, ਵੀ ਇਹ ਕਲਚਰਲੀ ਡਿਫਰੈਂਟ ਆ ਬੰਦੇ, ਆਪਾਂ ਇਹਨਾਂ ਨਾਲ ਨਹੀਂ ਕਰਨੀ ਫਿਰ ਆਪਣੇ ਅੱਗੇ ਰਿਸ਼ਤੇਦਾਰੀ। ਪਰ ਕੰਮ ਆ ਜਿਹੜਾ, ਕੰਮ ਤੇ ਤੁਹਾਨੂੰ ਚੈੱਕ ਦੇ ਨਾਲ ਮਤਲਬ ਹੋਣਾ ਚਾਹੀਦਾ, ਪ੍ਰੋਫੈਸ਼ਨਲ। ਮੈਂ ਗਰੰਟੀ ਦਿੰਦਾ ਜਿਹੜਾ ਬੰਦਾ ਕੰਮ ਕਰੂਗਾ ਮੇਰੇ ਨਾਲ, ਮੈਂ ਪੂਰਾ ਪ੍ਰੋਫੈਸ਼ਨਲ ਕੰਮ ਹੀ ਕਰਦਾ, ਠੀਕ ਹੈ ਨਾ। ਐਵਰੀ ਫਰਾਈਡੇ ਚੈੱਕ ਤੁਹਾਡੇ ਅਕਾਊਂਟ 'ਚ ਆਊਗਾ, ਠੀਕ ਹੈ। ਐਵਰੀ ਫਰਾਈਡੇ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ 'ਚ, ਹੈ ਨਾ, ਅਤੇ ਤੁਹਾਡੇ ਕੰਮ ਪੂਰਾ ਕਰਾਵਾਂਗੇ ਪ੍ਰੋਫੈਸ਼ਨਲ। ਪੂਰਾ ਕੰਪੀਟੀਸ਼ਨ ਦੇ ਨਾਲ ਤੁਸੀਂ ਕੰਪੇਅਰ ਕਰ ਲਓ, ਮਾਰਕੀਟ ਦੇ ਨਾਲ ਕੰਪੇਅਰ ਕਰ ਲਓ, ਕੋਈ ਕਮੀ ਨਹੀਂ। ਤੁਹਾਨੂੰ ਮੇਰੇ ਨਾਲ ਇੰਨਾ ਹੀ ਮਤਲਬ ਹੋਣਾ ਚਾਹੀਦਾ, ਇਹ ਨਹੀਂ ਵੀ ਮੈਂ ਦਾਰੂ ਪੀਂਦਾ ਕਿ ਨਹੀਂ ਪੀਂਦਾ। ਯਾਰ ਹੱਦ ਹੋ ਗਈ ਆ ਦਾਰੂ, ਮੈਂ ਆਪਣੀ, ਉਹ ਮੇਰੀ ਪਰਸਨਲ ਲਾਈਫ ਆ, ਅਤੇ ਮੈਂ ਇਕੱਲੇ ਆਪਣੇ ਆਪ ਬਾਰੇ ਨਹੀਂ ਕਹਿ ਰਿਹਾ, ਆਪਣੇ ਲੋਕਾਂ ਦੀ ਸੋਚ ਬਾਰੇ ਕਹਿ ਰਿਹਾ ਵੀ ਇਹਨੂੰ ਬਦਲੋ ਤੁਸੀਂ, ਜਿਹੜੇ ਬੰਦੇ ਦੀ ਸੋਚ ਹੈਗੀ ਨਾ ਇਹ, ਉਹ ਬਦਲੋ। ਹਾਂ, ਤੁਸੀਂ ਪਰਸਨਲੀ ਫਰੈਂਡ ਬਣਾਉਣੇ ਆ, ਉਹਨਾਂ ਦੇ ਨਾਲ ਤੁਸੀਂ ਫਰੈਂਡ ਸਰਕਲ ਵਾ ਉਹਦੇ ਦੇਖੋ ਤੁਸੀਂ। ਮੈਂ ਆਪਣਾ ਫਰੈਂਡ ਬਣਾਉਣਾ ਸੋਚੂਗਾ ਵੀ ਖਾਂਦਾ ਪੀਂਦਾ ਹੋਵੇ ਬੰਦਾ, ਵੀ ਬੈਠਾਂਗੇ ਗੱਲਾਂ ਮਾਰਾਂਗੇ ਦਾਰੂ ਪੀ ਕੇ, ਤਾਂ ਹੀ ਗੱਲ ਆਉਂਦੀ ਆ, ਹੈ ਨਾ। ਜਿਹੜਾ ਬੰਦਾ ਨਹੀਂ ਇਹ ਹੇਟ ਕਰਦਾ ਆ, ਉਹ ਕਵੇ ਵੀ ਨਹੀਂ ਆ ਮੈਂ ਦਾਰੂ ਤੋਂ ਬਿਨਾਂ ਲੱਭਣਾ, ਹੈ ਨਾ। ਆਹ ਗੱਲਾਂ ਜਿਹੜੀਆਂ ਤੇ ਆਪਣੇ ਜਿਹੜੇ ਕੰਮ ਆ ਉਹ ਮੈਨੂੰ ਕੋਈ ਮਤਲਬ ਨਹੀਂ, ਭਾਵੇਂ ਅਮਰਤ ਸ਼ਾਹ ਕਿਹਾ ਹੋਵੇ, ਭਾਵੇਂ ਰਾਧਾ ਸਵਾਮੀ ਹੋਵੇ, ਭਾਵੇਂ ਸਰਸੇ ਵਾਲੇ ਨੂੰ ਮੰਨੀ ਜਾਵੇ, ਭਾਵੇਂ ਨੂਰ ਮਹਿਲੀਓ ਨੂੰ ਮੰਨੀ ਜਾਵੇ, ਮੈਨੂੰ ਮਤਲਬ ਹੀ ਨਹੀਂ ਉਸ ਗੱਲ ਨਾਲ, ਤੁਹਾਨੂੰ ਵੀ ਨਹੀਂ ਹੋਣਾ ਚਾਹੀਦਾ। ਈਜ਼ੀ ਬਣਾਈਆਂ ਆਪਾਂ ਆਪਣੀਆਂ ਲਾਈਫ, ਜਾਂ ਦੂਜੇ ਨੂੰ ਨੀਵਾਂ ਵਿਖਾਉਣ ਦੇ ਤਰੀਕੇ ਨਾਲ ਲੱਭੀਏ, ਨੀਵੇਂ ਵਿਖਾਉਣ ਵਾਲੀਆਂ ਵਾਲੇ ਤਰੀਕੇ ਆ, ਵੀ ਤੂੰ ਆਹ ਵਾ, ਤੂੰ ਇਹਨੂੰ ਮੰਨਦਾ, ਤੂੰ ਨੀਵਾਂ ਆ, ਵੀ ਤੂੰ ਘਟੀਆ ਆ, ਤੂੰ ਤੇਰੀ ਘਟੀਆ ਸੋਚ ਵਾ, ਹੈ ਨਾ, ਤੇਰਾ ਰੰਗ ਕਾਲਾ ਆ, ਯਾਰ ਜਾਂ ਤੂੰ ਕੈਪੀ ਆ, ਬਸ ਉਹੀ ਗੱਲਾਂ ਜਿਹੜੀਆਂ ਬੰਦੇ ਦੇ ਵੱਸ ਦੀਆਂ ਨਹੀਂ ਗੀਆਂ। ਜਾਂ ਸੋਸ਼ਲ ਨਾਊਨ ਵਾ ਜਿਹੜੇ ਉਹ ਵਾ, ਸੋਸ਼ਲ ਨਾਊਨ ਜਿਹੜੇ ਉਹ ਵਾ, ਜਾਂ ਸੋਸ਼ਲ ਸਟੇਟਸ ਆ, ਉਹ ਵੀ ਸਟੇਟਸ ਵੀ ਉਹ ਜਿਨ੍ਹਾਂ ਦੇ ਬੰਦੇ ਦੇ ਵੱਸ ਦੀ ਗੱਲ ਨੀ, ਹੈਨਾ, ਇਹਦੇ ਵਿੱਚ ਵੱਸ ਦੀ ਕਿਸੇ ਦੀ ਗੱਲ ਨੀ ਵੀ ਕਿੱਥੇ ਜੰਮਿਆ, ਕਿਹਦੇ ਘਰੇ ਜੰਮਿਆ। ਐਵੇਂ ਦੀਆਂ ਗੱਲਾਂ ਤੋਂ ਲੋਕੀ ਇੱਕ ਦੂਜੇ ਨੂੰ ਨੀਵਾਂ ਵਿਖਾਉਂਦੇ, ਉਹ ਇਹ ਨੀਵਾਂ ਵਿਖਾਉਣ ਵਾਲੀ ਗੱਲ ਹੀ ਨੀ। ਜਿਹੜਾ ਬੰਦਾ ਐਵੇਂ ਦੀਆਂ ਗੱਲਾਂ ਕਰਦਾ ਸੋਸ਼ਲ ਨਾਊਨ ਜਾਂ ਸੋਸ਼ਲ ਸਟੇਟਸ ਦੇ ਕਰਕੇ, ਉਹਨੂੰ ਕਹਿੰਦਾ ਮੈਂ ਤੇਰੇ ਨਾਲ ਕੰਮ ਨਹੀਂ ਕਰਨਾ, ਉਹਦੀ ਨੀਵੀਂ ਸੋਚ ਆ, ਉਹ ਇਹ ਸੋਚ ਨੀਵੀਂ ਆ, ਇਹਨਾਂ ਗੱਲਾਂ ਤੋਂ ਉੱਪਰ ਉੱਠੋ। ਥੈਂਕ ਯੂ, ਹੋਪ ਤੁਹਾਨੂੰ ਸਮਝ ਆ ਜੇ, ਆਈ ਲਵ ਯੂ।